ਕਿਸਾਨ ਮੋਰਚੇ ਦੀ ਕੱਲ ਦੇ ਉੱਤੇ ਅੱਜ ਪੂਰਾ ਭਾਰਤ ਬੰਦ ਹੋਇਆ। ਇਸੇ ਤਹਿਤ ਅੱਜ ਜ਼ਿਲ੍ਹਾ ਜਲੰਧਰ ਦੇ ਜਲੰਧਰ ਨਕੋਡਾ ਰੋਡ 'ਤੇ ਪਿੰਡ ਪ੍ਰਤਾਪਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਰਜਿਸਟਰਡ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 71 ਲੋਕਾਂ ਅਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਨ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ 'ਤੇ ਸਰਦਾਰ ਪੂਰਨ ਸਿੰਘ ਸ਼ਾਹਕੋਟੀ, ਮੀਤ ਪ੍ਰਧਾਨ ਆਲ ਇੰਡੀਆ ਹਰਮਿੰਦਰ ਸਿੰਘ ਖਹਿਰਾ, ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ, ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ ਪ੍ਰਧਾਨ ਜਸਵੰਤ ਸਿੰਘ, ਡਾਕਟਰ ਮੇਜਰ ਸਿੰਘ ਗਿੱਲ ਸਿੰਘ, ਹਰਕਮਲਪਾਲ ਸਿੰਘ ਸੰਧੂ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ। ਲਾਂਬੜੇ ਤੋਂ ਸੋਨੂੰ ਸੋਤਾ ਦੀ ਵਿਸ਼ੇਸ਼ ਰਿਪੋਰਟ। ਸਿਰਫ ਛੋੜ ਇੱਥੇ ਮੈਡੀਕਲ ਸਹੂਲਤਾਂ ਦੀ ਜਾਂ ਪ੍ਰੈਸ ਵਾਲੇ ਵੀਰਾਂ ਦੀ ਹੋਰ ਕੋਈ